ਉਹਨੇ ਸਾਡੇ ਦੋ ਬੰਦੇ ਮਾਰਨੇ ਸੀਗੇ। ਲਗਾਤਾਰ ਵੱਧ ਰਹੇ ਹਾਦਸੇ ਇੱਕ ਚਿੰਤਾ ਦਾ ਵਿਸ਼ਾ ਬਣ ਗਏ ਹਨ। ਹਾਦਸਿਆਂ ਦੌਰਾਨ ਅਕਸਰ ਮੌਤਾਂ ਦੇਖਣ ਨੂੰ ਮਿਲਦੀਆਂ ਨੇ, ਪਰ ਇਹੋ ਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ 'ਤੇ ਸਥਿਤ ਇੱਕ ਹਾਦਸੇ ਵਿੱਚ ਹੋਇਆ। ਇੱਕ ਟਰਾਲਾ ਜਿਸਦਾ ਟਾਇਰ ਫਟ ਜਾਣ ਕਾਰਨ ਰੋਡ 'ਤੇ ਖੜ੍ਹਾ ਹੋ ਗਿਆ ਅਤੇ ਕੁਛ ਸਮੇਂ ਬਾਅਦ ਇੱਕ ਪਿੱਛੋਂ ਟਰੱਕ ਆਉਂਦਾ ਅਤੇ ਉਹਦੇ ਵਿੱਚ ਪਿਛਲੀ ਸਾਈਡ ਤੋਂ ਜਾ ਵੱਜਦਾ, ਜਿਸ ਨਾਲ ਹਾਦਸਾ ਵਾਪਰ ਜਾਂਦਾ। ਅਤੇ ਇਸ ਹਾਦਸੇ ਵਿੱਚ ਕਿਸ ਦੀ ਮੌਤ ਹੋਈ ਹੈ, ਕੀ ਉਹਦੀ ਪਛਾਣ ਹੋਈ ਹੈ, ਕਿੱਥੋਂ ਗੱਡੀ ਆਈ ਸੀ, ਕਿਹੜੀ ਗੱਡੀ ਇੱਥੇ ਖੜ੍ਹੀ ਸੀ, ਇਸ ਬਾਰੇ ਅਸੀਂ ਪੂਰੀ ਜਾਣਕਾਰੀ ਲੈਂਦੇ ਹਾਂ। ਸਾਡੇ ਨਾਲ ਇੱਥੇ ਡਰਾਈਵਰ ਭਰਾ ਵੀ ਮੌਜੂਦ ਨੇ। ਚਲੋ ਦੇਖੋ ਜਿਹੜਾ ਮਾਮਲਾ ਹੋਇਆ, ਅਕਸਰ ਹੀ ਆਪਾਂ ਦੇਖਣ ਨੂੰ ਮਿਲਦਾ ਕਿ ਕਿੱਥੇ ਅਣਗਹਿਲੀ ਵਰਤੀ ਗਈ ਹੈ। ਦੇਖ ਲਓ ਤੁਹਾਡੇ ਸਾਹਮਣੇ ਆ, ਉਹ ਟਾਇਰ ਪੱਟਾ ਹੈ, ਉਹਦਾ ਬੋਲ ਟਾਇਰ ਪੱਟਾ ਆ। ਗੱਡੀ ਖੜ ਹੋ ਗਈ, ਗੱਡੀ ਖੜੀ ਹੋ ਗਈ ਤੇ ਵਿੱਚ ਗੱਡੀ ਅੱਗੇ ਫਸ ਗਈ ਪਿੱਛੋਂ। ਸਾਡੇ ਦੋ ਬੰਦੇ ਮਾਰਨੇ ਸੀਗੇ, ਉਹਦਾ ਬਚਾਅ ਹੋ ਗਿਆ, ਯਾਨੀ ਇਹਦੇ ਵਿੱਚ ਆ ਕੇ ਵੱਜੀ। ਉਹ ਜਿਹੜਾ ਦੂਜਾ ਬੰਦਾ ਸੀਗਾ ਉਹ ਨਿਕਲ ਗਿਆ ਥੱਲੇ, ਉਹ ਨਿਕਲ ਗਿਆ ਸੀਗਾ, ਨਹੀਂ ਤਾਂ ਉਹ ਵੀ ਥੱਲੇ ਇਹਦੇ ਦੱਬ ਹੋ ਜਾਣਾ, ਟਾਇਰ ਪੱਟਾ ਹੀ ਘੋੜੇ ਦਾ। ਤੇ ਫਿਰ ਇਹਦੇ ਜਿਹੜਾ ਟਰੱਕ ਦਾ ਜਿਹੜਾ ਡਰਾਈਵਰ ਹੈ ਉਹਦੇ ਕੀ ਹਾਲਾਤ ਨੇ, ਕੀ ਬਣੇ? ਉਹ ਗਏ ਆ ਹੌਸਪੀਟਲ ਗਏ ਹੋ ਲੈ ਕੇ। ਸਰ ਜਿਹੜਾ ਹਾਦਸਾ ਹੋਇਆ ਕਿਵੇਂ ਦੇਖਦੇ ਹੋ ਕਿ ਤੁਸੀਂ ਕੈਂਟਰ ਦੇ ਮਾਲਕ? ਸਰ ਮੈਂ ਤਾਂ ਰਾਤੀ ਡਰਾਈਵਰ ਚੱਲਿਆ, 12 ਵਜੇ ਗਿਆ, 11:30 ਵਜੇ ਉੱਥੋਂ ਚੱਲਿਆ ਆਪਣਾ ਡੇਰਾ। ਤੁਸੀਂ ਲੋਡ ਕਰੇ ਗੱਡੀ ਸੋਨਾ ਲੀਕਾ ਦੀ, ਰਾਹ 'ਚ ਇੱਕ ਖਰਾਬ ਹੋ ਗਿਆ ਖੜਾ ਸੀ ਟਰਾਲਾ ਜੀ, ਜਦੋਂ ਅੱਗੋਂ ਲਾਈਟ ਪੈ ਗਈ ਦਿਖਿਆ ਨਹੀਂ ਡਰਾਈਵਰ ਨੂੰ, ਕੁਛ ਵੀ ਹੋਇਆ ਅਚਾਨਕ ਹੀ, ਬਸ ਫਿਰ ਵਿੱਚ ਵੱਜੀ ਗੱਡੀ। ਕੁਛ ਡਰਾਈਵਰ ਦਾ ਕੋਈ ਹੈਗਾ ਖਾਧਾ ਪੀਤਾ ਕੁਛ, ਜਾਂ ਕੋਈ ਨਸ਼ਾ ਕੀਤਾ? ਹੁਣ ਅਸੀਂ ਤਾਂ ਕਹਿ ਨਹੀਂ ਸਕਦੇ, ਖਾਧਾ ਪੀਤਾ ਤਾਂ ਕਿੱਥੇ ਹੁੰਦਾ ਜੀ, ਰਾਤ ਨੂੰ ਚੱਲਾਂਗੇ ਇੱਥੋਂ, ਹੁਣ ਤਾਂ ਮੈਂ ਦੇਖਿਆ ਨਹੀਂ ਆਪਾਂ ਨੇ। ਹੁਣ ਡਰਾਈਵਰ ਅਚਾਨਕ ਗੱਡੀ ਖਰਾਬ ਖੜੀ ਆ, ਪਿੱਛੇ ਕੋਈ ਡਿੱਪਰ ਨਿੱਪਰ ਨਹੀਂ ਕੁਛ ਵੀ ਸੀ, ਵਿੱਚ ਵੱਜੀ ਆ ਕੇ ਅੱਗੋਂ ਲਾਈਟ ਪੈ ਗਈ ਹੋਣੀ, ਹੁਣ ਅਸੀਂ ਕਹਿ ਨਹੀਂ ਸਕਦੇ ਜੀ, ਕੁਛ ਵੀ ਕਹਿ ਸਕਦੇ ਆਪਾਂ। ਗੱਡੀ ਦੇ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ, ਤਾਂ ਇੱਦਾਂ ਲੱਗਦਾ ਜਿਹੜਾ ਡਰਾਈਵਰ ਦੀ ਜਿੱਦਾਂ ਹੁਣ ਸਾਡੀ ਗੱਲ ਹੋਈ ਸੀ ਡਰਾਈਵਰ ਨਾਲ ਬੋਲਦਾ ਸੀਗਾ, ਬਾਕੀ ਉਹਦਾ ਬੇਟਾ ਆਇਆ ਸੀ, ਬੇਟਾ ਕਹਿੰਦਾ ਵੀ ਮੈਂ ਚੰਡੀਗੜ੍ਹ ਇਲਾਜ ਕਰਾਂਗਾ, ਹੋਰ ਕਹਿੰਦਾ ਮੈਂ ਆਪਣੀ ਮਰਜ਼ੀ ਲੈ ਕੇ ਆਪਣੀ ਉਮੀਦਵਾਰ ਦੀ ਲੈ ਕੇ ਆਈ। ਡਰਾਈਵਰ ਨਾਲ ਹੋਰ ਵੀ ਕੋਈ ਸ਼ਖਸ ਸੀਗਾ ਉਹਦੇ ਨਾਲ, ਕਲੀਨਰ ਜਿੱਦਾਂ ਹੈਲਪਰ ਹੁੰਦਾ? ਇਕੱਲੇ ਹੀ ਸੀਗਾ, ਇਕੱਲੇ ਹੀ, ਹਾਂਜੀ ਹਾਂਜੀ। ਸੋ ਮੌਕੇ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਇੱਕ ਟਰੱਕ ਜਿਹੜਾ ਉਹ ਕੈਂਟਰ ਦੇ ਵਿੱਚ ਆ ਕੇ ਜਾ ਵੱਜਾ, ਔਰ ਹਾਦਸਾ ਜਿਹੜਾ ਬਹੁਤ ਭਿਆਨਕ ਦਰਦਨਾਕ ਹਾਦਸਾ ਵਾਪਰਿਆ। ਅਤੇ ਇਹਨਾਂ ਹਾਦਸਿਆਂ ਨੂੰ ਦੇਖਦੇ ਹੋਏ ਡਰਾਈਵਰ ਭਰਾਵਾਂ ਨੂੰ ਇੱਕ ਬੇਨਤੀ ਕੀਤੀ ਜਾਂਦੀ ਆ ਕਿ ਉਹ ਸੁਰੱਖਿਅਤ ਹੋ ਕੇ ਡਰਾਈਵਰੀ ਕਰਨ। ਰਾਤ ਦੇ ਸਮੇਂ ਅਣਗਹਿਲੀ ਵਰਤ ਕੇ ਜੇ ਡਰਾਈਵਰੀ ਕਰਦੇ ਹਾਂ ਤਾਂ ਇਹੋ ਜਿਹੇ ਹਾਲਾਤ ਹੋ ਸਕਦੇ ਨੇ ਕਿ ਅਣਸੁਖਾਵੀ ਘਟਨਾ ਜੋ ਵਾਪਰ ਜਾਂਦੀ ਹੈ। ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ GBC ਅਪਡੇਟ ਦੇ ਮਾਧਿਅਮ ਦੇ ਰਾਹੀਂ। ਸੋ ਇਹਨਾਂ ਦਰਦਨਾਕ ਭਿਆਨਕ ਹਾਦਸਾ ਜਿਹੜਾ ਵਾਪਰਿਆ, ਦੱਸਿਆ ਜਾ ਰਿਹਾ ਕਿ ਡਰਾਈਵਰ ਦੀ ਜਾਨ ਜਿਹੜੀ ਹੈ ਉਹ ਫਿਲਹਾਲ ਅਜੇ ਖਤਰੇ ਤੋਂ ਬਾਹਰ ਹੈ, ਅਤੇ ਬਾਕੀ ਉਸਨੂੰ ਇਲਾਜ ਵਾਸਤੇ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸਰ ਕੀ ਨਾਮ ਹੈ ਜੀ? ਜਸਵੰਤ ਸਿੰਘ ਹੈ ਜੀ। ਜਸਵੰਤ ਸਿੰਘ ਜੀ, ਇਹ ਗੱਡੀ ਤੁਹਾਡੀ ਹੈ ਜੀ? ਹਾਂਜੀ, ਗੱਡੀ ਆਪਣੀ। ਕਿੱਥੋਂ ਆ ਰਹੀ ਸੀ ਇਹ ਗੱਡੀ? ਡੇਰਾ ਵਿੱਚ ਤੋਂ ਆ ਰਹੀ ਸੀਗੀ ਜੀ। ਇਹ ਸਮਾਨ ਲੱਦਿਆ ਸੀ ਜੀ? ਇਹਦਾ ਸੋਨਾਲੀਕਾ ਟਰੈਕਟਰ ਪਾਰਟ ਸੀ ਇਹਦੇ ਕੋਲ। ਅੱਛਾ ਜੀ। ਇਹ ਸੋਨਾਲੀਕਾ ਹੁਸ਼ਿਆਰਪੁਰ ਜਾਣੀ ਸੀਗੀ, ਇੱਥੇ ਪਹੁੰਚੀ ਨਹੀਂ ਹੈਗੀ, ਰਾਤ ਨੂੰ ਰੋਟੀ ਖਾ ਕੇ ਡਰਾਈਵਰ ਚੱਲਿਆ ਹੋਣਾ, ਜਾਂ ਤਾਂ ਕੋਈ ਲਾਈਟਾਂ ਪਈਆਂ ਜਾਂ ਕੋਈ ਨੀਂਦ ਦੀ ਝੋਕੀ ਆਈ ਹੈ, ਉਹਦੇ ਨਾਲ ਖੜ੍ਹੇ ਗੱਡੀ ਦੇ ਵਿੱਚ। ਕਿੰਨੇ ਕੁ ਵਜੇ ਦੇ ਕਰੀਬ ਹਾਦਸਾ ਵਾਪਰਿਆ? ਡੇਢ ਕੁ ਵਜੇ, ਡੇਢ ਵਜੇ ਹਾਂਜੀ।
ਤੁਹਾਨੂੰ ਕਿਸ ਵੇਲੇ ਪਤਾ ਲੱਗਾ ਹਾਦਸੇ? ਸਾਨੂੰ 3 ਵਜੇ ਫੋਨ ਆਇਆ ਤੜਕੇ 3 ਹਾਂਜੀ ਹਾਂ, ਫੋਨ ਆਇਆ ਵੀ ਇੱਦਾਂ ਐਕਸੀਡੈਂਟ ਹੋ ਗਿਆ ਅਤੇ ਫਿਰ ਅਸੀਂ ਤਾਂ ਸਵੇਰੇ ਚੱਲੇ ਉੱਥੋਂ 9 ਵਜੇ ਚੱਲੇ। ਹੁਣ ਕਿਹੋ ਜਿਹੇ ਹਾਲਾਤ ਨੇ ਜੇ ਜਿਹੜਾ ਡਰਾਈਵਰ ਭਰਾ ਆਪਣਾ ਹੈ ਨਾ? ਉਹ ਡਰਾਈਵਰ ਠੀਕ ਹੈ, ਤਕਰੀਬਨ ਹੋਸਪਿਟਲ ਦਾਖਲ ਹੈ ਕਰਾਇਆ ਹੋਇਆ ਅਤੇ ਉਹ ਬੇਟਾ ਵੀ ਆਇਆ ਉਹਨਾਂ ਦਾ ਨਾਲੇ ਅਤੇ ਹੁਣ ਉੱਥੇ ਜਾਵਾਂਗੇ। ਪਹਿਲਾਂ ਹੁਣ ਅਸੀਂ ਗੱਡੀ ਕੋਲ ਆਏ ਹਾਂ, ਹੁਣ ਅਸੀਂ ਹੋਸਪਿਟਲ ਜਾਵਾਂਗੇ। ਠੀਕ ਹੈ, ਤਾਂ ਕੋਈ ਸੁਨੇਹਾ ਦੇਣਾ ਚਾਹੋਗੇ ਡਰਾਈਵਰ ਭਰਾਵਾਂ ਵਾਸਤੇ? ਇਹੀ ਹੈ ਵੀ ਰਾਤ ਨੂੰ ਜ਼ਿਆਦਾ ਜੇ ਨੀਂਦ ਆਉਂਦੀ ਆ, ਆਰਾਮ ਨਾਲ ਗੱਡੀ ਲਾ ਕੇ ਸੋ ਜਾਓ, ਰੋਟੀ ਪਾਣੀ ਖਾ ਕੇ ਹੋਟਲ ਦੇ ਕਿਤੇ, ਰਾਤ ਨੂੰ ਅਣਗਹਿਲੀ ਨਾ ਕਰੋ ਵੀ ਕੋਈ ਨੀਂਦ ਆਉਂਦੀ ਹੈ ਜਾਂ ਕੋਈ ਤੁਸੀਂ ਲਾਈਟ ਪੈਂਦੀ ਹੈ ਰਾਤ ਨੂੰ, ਕੋਸ਼ਿਸ਼ ਕਰੋ ਵੀ ਦਿਨ 'ਚ ਗੱਡੀ ਚਲਾਈ ਜਾਏ। ਰੋਡ ਵੀ ਸਿੰਗਲ ਆ ਜੀ, ਖੜਾਨਾ ਖੜਿਆ ਵਿੱਚ ਲੰਘੂਗੀ ਕਿੱਥੇ ਨੂੰ ਗੱਡੀ? ਸਿੰਗਲ ਰੋਡ ਹੈ, ਸਿੰਗਲ ਰੋਡ ਲਾਈਟ ਪੈ ਜਾਂਦੀ ਹੈ, ਦੂਸਰੀ ਡਰਾਈਵਰ ਨੂੰ ਸਾਹਮਣੇ ਕਿਵੇਂ ਦੇਖਦਾ ਨਹੀਂ ਵੀ ਕੀ ਚੀਜ਼ ਖੜੀ ਹੈ, ਤਾਂ ਕਰਕੇ ਵਿੱਚ ਵੱਜੀ ਪਰਲੇ ਪਾਸੋਂ ਲਾਈਟ ਪੈ ਗਈ ਹੋਣੀ ਉਹਨਾਂ ਦੀ। ਬਲਕਿ ਰੈਗੂਲਰ ਗੱਡੀਆਂ ਸਾਡੀਆਂ ਨੇ ਆ ਰਹੀ ਆ, ਰੈਗੂਲਰ ਆਉਂਦੀਆਂ ਸਾਡੀਆਂ, ਇਹੀ ਗੱਡੀ ਸਾਡੀ ਡੇਲੀ ਸਰਵਿਸ ਹੈ, ਡੇਲੀ ਗੱਡੀ ਆਉਂਦੀ ਸਾਡੀ ਹੁਸ਼ਿਆਰਪੁਰ ਡੇਰਾ ਸੂ ਡੇਲੀ ਆ ਰਹੀ ਹੈ।